ਪਟਿਆਲਾ ਪੁੱਜੇ ਪੰਡਿਤ ਰਾਓ ਤਰੇਨਵਰ ਦਾ ਕਹਿਣਾ ਹੈ ਕਿ ਦੁਸਹਿਰੇ ਮੇਲੇ ਦੌਰਾਨ ਜੇਕਰ ਗਾਇਕਾਂ ਨੇ ਸ਼ਰਾਬ, ਹਥਿਆਰ, ਲੱਚਰ ਗਾਣੇ ਗਾਏ ਤਾਂ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਰਬਨ ਸਟੇਟ ਪੁਲਿਸ ਥਾਣੇ ਵਿੱਚ ਸ਼ਿਕਾਇਤ ਲੈ ਕੇ ਪੁੱਜੇ ਪੰਡਿਤ ਰਾਓ ਤਰੇਨਵਰ ਦਾ ਕਹਿਣਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਦੇ ਮੁਤਾਬਕ ਕਿਤੇ ਵੀ ਲੱਚਰ ਸ਼ਰਾਬੀ ਗਾਣੇ ਨਹੀਂ ਚੱਲਣੇ ਚਾਹੀਦੇ। ਇਸ ਸਿਲਸਿਲੇ ਵਿੱਚ ਪਟਿਆਲਾ ਦੇ DC ਅਤੇ SSP ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। 8 ਅਕਤੂਬਰ ਦਸਹਿਰਾ ਮੇਲੇ ਦੇ ਵਿੱਚ ਸਿੰਘਾਂ ਆ ਰਹੇ ਨੇ। ਸਿੰਘਾਂ ਕਿੱਥੇ? ਅਰਬਨ ਐਸਟੇਟ ਪਟਿਆਲਾ ਫੇਜ਼ 1। ਮੈਂ ਦਰਜਾ ਇੱਕ ਐਪਲੀਕੇਸ਼ਨ ਦਿੱਤਾ ਹੋਇਆ ਕਿ ਜੇਕਰ ਉਹ ਮੰਚ 'ਤੇ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਣਗੇ ਸਿੰਘਾਂ, ਉਹਨਾਂ ਦੇ ਖਿਲਾਫ਼ FIR ਦਰਜ ਕੀਤਾ ਜਾਵੇ, ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹਿਦਾਇਤ ਦੇ ਮੁਤਾਬਿਕ ਮੰਚ 'ਤੇ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਣਾ ਗੈਰ ਕਾਨੂੰਨੀ ਹੈ, FIR ਦਰਜ ਹੋਗੀ। ਨਾ ਸਿਰਫ ਸਿੰਘਾਂ, ਆਰਨੇਟ ਵਰਗੇ ਲੋਕ ਦੇ ਖਿਲਾਫ਼ ਵੀ FIR ਦਰਜ ਹੋਏਗੀ ਜੇਕਰ ਉਹ ਮੰਚ 'ਤੇ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਣਗੇ। ਅੱਜ ਅੱਛਾ, ਤੁਹਾਨੂੰ ਕਿਹਦਾ ਕਿਤੇ ਨਾਮ ਰਿਹਾ, ਕਿਹੜੇ ਕਿਹੜੇ ਸਿੰਗਰ ਦਾ ਨਾਮ ਲਿਖ ਕੇ ਦੇ ਕੇ ਗਏ ਹੋ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ? ਜੀ SHO ਸਾਹਿਬ ਨੂੰ ਮੈਂ ਕਿਹਾ ਕਿ ਕੱਲ੍ਹ ਤਾਂ ਸਿਰਫ ਇੱਥੇ ਸਿੰਘਾਂ ਆ ਰਹੇ ਨੇ, ਸਿੰਘਾਂ ਦੇ ਖਿਲਾਫ਼ ਹੀ ਕਾਰਵਾਈ ਹੋਏਗੀ ਜੇਕਰ ਉਹ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਊਗਾ, ਉਸੇ ਟਾਈਮ FIR ਦਰਜ ਹੋਏਗੀ। ਕਿ ਉਹਨਾਂ ਨੇ ਕੀ ਸਵਾਸ਼ਨ ਦਵਾਇਆ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ? ਜੀ ਮੈਨੂੰ ਮੁਨਸ਼ੀ ਵੀ ਅਤੇ ਨਾਲ SHO ਵੀ ਮੈਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਗਲਤ ਗਾਣਾ ਗਾਊਗਾ ਮਾਨਯੋਗ ਹਾਈਕੋਰਟ ਦੀ ਹਿਦਾਇਤ ਦੇ ਮੁਤਾਬਿਕ ਉਹਨਾਂ ਦੇ ਖਿਲਾਫ਼ ਬਣਦਾ ਹੋਇਆ ਕਾਰਵਾਈ ਕੀਤੀ ਜਾਵੇਗੀ, ਬਖਸ਼ਿਆ ਨਹੀਂ ਜਾਵੇਗਾ। ਅਮਰਗੜ੍ਹ ਦੀ ਗੱਲ ਕੀਤੀ ਜਾਵੇ, ਸਾਰੇ ਸਿੰਗਰ ਆ ਰਹੇ ਨੇ ਅਮਰਗੜ੍ਹ ਦੁਸਹਿਰਾ ਮੇਲਾ ਮਨਾਉਣ, ਉੱਥੇ ਕਿਤੇ ਕਿਤੇ ਸੰਬੰਧ 'ਚ ਕਾਰਵਾਈ ਕਰਨ ਦੀ? ਜੀ ਮੈਂ ਗਿਆ ਸੀ ਅਮਰਗੜ੍ਹ ਦੇ ਵਿੱਚ, ਉਹਨਾਂ ਦੇ SHO ਨੂੰ ਮੈਂ ਲਿਖ ਕੇ ਦੇ ਦਿੱਤਾ, ਕੰਪਲੇਂਟ ਵੀ ਦਰਜ ਹੋਇਆ ਹੈ। ਮੈਂ ਬਿਆਨ ਦਰਜ ਕੀਤੀ ਹੈ ਕਿ ਜੇਕਰ ਸੁਨੰਦਰ ਸ਼ਰਮਾ ਬੁਲਟ ਤੋਂ ਰੱਖਿਆ ਪਟਾਕੇ ਪਾਉਣ ਨੂੰ ਗਾਉਣਗੇ ਉਹਨਾਂ ਦੇ ਖਿਲਾਫ਼ FIR ਦਰਜ ਹੋਏਗੀ। ਜੇਕਰ ਸਿੰਘਾਂ, ਉੱਥੇ ਵੀ ਸਿੰਘਾਂ ਪਹੁੰਚ ਰਹੇ ਨੇ, ਜੇਕਰ ਉਹ ਕੋਈ ਵੀ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਊਗਾ ਉਸੇ ਟਾਈਮ FIR ਦਰਜ ਹੋਏਗੀ। ਮੈਨੂੰ ਨਹੀਂ ਲੱਗਦਾ ਉਹ ਗਾਉਣਗੇ, ਮਾਨਯੋਗ ਹਾਈਕੋਰਟ ਹੈ, ਸਾਰੇ ਦੇਖ ਰਹੇ ਮਾਨਯੋਗ ਹਾਈਕੋਰਟ, FIR ਦਰਜ ਹੋਏਗੀ, ਕਿਸੇ ਨੂੰ ਨਹੀਂ ਬਖਸ਼ੇਗਾ ਮਾਨਯੋਗ ਹਾਈਕੋਰਟ।